ਬਾਈ ਜੀ ਸਾਰੇ ਆਪਣੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਅਤੇ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਆਪਣੇ ਭੇਵੇ ਸ਼ਹਿਰ ਦੇ ਵਿੱਚ ਜੀ ਆਪਣੀ ਟਰੈਕਟਰ ਮੋਡੀਫਿਕੇਸ਼ਨ ਦੀ ਸ਼ੋਪ ਹੈ ਜੀ। ਅਤੇ ਵਰਾਇਟੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਆਪਣੇ ਕੋਲ ਕਿਹੜੀ ਕਿਹੜੀ ਹੈ ਇਸ ਟਾਈਮ ਜੀ। ਇੱਥੇ ਸਭ ਤੋਂ ਪਹਿਲਾਂ ਆਪਾਂ ਦਿਖਾਵਾਂਗੇ ਜੀ ਤੁਹਾਨੂੰ ਫੈਬਰਾਂ। ਆਹ ਦੇਖੋ ਜੀ ਆਪਣੇ ਕੋਲ ਹਰ ਇੱਕ ਮਾਡਲ ਦਾ ਫੈਬਰ ਮਿਲ ਜੂਗੀ ਜੀ, ਹਰ ਇੱਕ ਟਰੈਕਟਰ ਦੀ ਮਿਲ ਜੂਗੀ ਜੀ, ਹਰ ਇੱਕ ਯੂ ਪੈਪ ਮਿਲ ਜੂਗਾ ਜੀ ਆਪਣੇ ਕੋਲ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਪਲੇਟ ਵਾਲੇ ਬੰਫਰ ਮਿਲ ਜਾਣਗੇ ਜੀ, ਇਹ ਦੇਖੋ ਜੀ। ਉਸ ਤੋਂ ਬਾਅਦ ਆ ਗਏ ਆਪਣੇ ਕੋਲ ਲਾਈਟਿੰਗ ਦਾ ਸਿਸਟਮ ਜੀ, ਸਾਰਾ ਆਪਣੇ ਕੋਲ ਹਰ ਤਰੀਕੇ ਦੀ ਲਾਈਟ ਮਿਲ ਜੂਗੀ ਤੁਹਾਨੂੰ। LED ਲਾਈਟਾਂ ਬਿਲਕੁਲ ਜਾਇਜ਼ ਰੇਟ ਵਿੱਚ ਮਿਲ ਜਾਣਗੀਆਂ ਜੀ, ਇਹ ਤੁਸੀਂ ਦੇਖ ਸਕਦੇ ਹੋ ਜੀ। ਸਾਰੀਆਂ ਹਰ ਤਰੀਕੇ ਦੀ LED ਲਾਈਟ ਹੋ ਗਈ, ਹੋਰਨ ਹੋ ਗਏ ਜੀ, ਸੀਟੀਆਂ ਹੋ ਗਈਆਂ ਜੀ, ਦੇਖੋ ਜੀ ਇਹ ਸਾਰੀਆਂ ਲਾਈਟਾਂ ਹੋ ਗਈਆਂ ਜੀ, ਠੀਕ ਹੈ ਜੀ। ਹਰ ਇੱਕ ਤਰੀਕੇ ਦੀ ਲਾਈਟ ਮਿਲ ਜੂਗੀ ਜੀ ਆਪਣੇ ਕੋਲ। ਟਰੈਕਟਰਾਂ ਦੀਆਂ ਡੰਮੀਆਂ ਮਿਲ ਜਾਣਗੀਆਂ ਜੀ ਆਪਣੇ ਕੋਲ, ਆਹ ਦੇਖੋ ਜੀ ਹਰ ਇੱਕ ਤਰੀਕੇ ਦੀ ਲਾਈਟ ਮਿਲ ਜੂਗੀ ਜੀ। ਉਸ ਤੋਂ ਬਾਅਦ ਆਪਣੇ ਕੋਲ ਪੈਰ ਵਾਲੀਆਂ ਰੇਸਾਂ ਮਿਲ ਜਾਣਗੀਆਂ ਜੀ ਤੁਹਾਨੂੰ, ਮੈਸੀ ਦੀਆਂ ਅਲਗ ਮਿਲ ਜਾਣਗੀਆਂ ਜੀ, ਅਤੇ ਬਣਾਇਆ ਬਣਾਇਆ ਜਿਹੜਾ ਆਪਣਾ ਪਾਏਦਾਨ ਹੈ ਉਹਦੇ ਨਾਲ ਤੁਹਾਨੂੰ ਰੇਸ ਮਿਲ ਜੂਗੀ ਜੀ। ਆਹ ਦੇਖੋ ਜੀ ਇਹ ਫਿਕਸ ਹੈ ਜੀ, ਬਿਲਕੁਲ ਫਿੱਟ ਆਊਗਾ, ਪੂਰਾ ਕੰਪਨੀ ਮਾਈਂਡ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਤੁਹਾਨੂੰ ਮੈਟ ਮਿਲ ਜਾਣਗੇ ਜੀ, ਟਰੈਕਟਰ ਦੇ ਮੈਟ, ਜਿੰਦਲ ਦਾ ਮੈਟ ਹੈ ਜੀ, ਠੀਕ ਹੈ ਜੀ, ਵਧੀਆ ਮੈਟ ਹੈ, ਐਨ ਪ੍ਰੋਪਰ ਫਿਟਿੰਗ ਦਾ ਮਿਲੂਗਾ, ਵਾਟਰਪਰੂਫ ਹੈ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਸੀਟ ਕਵਰ ਮਿਲ ਜਾਣਗੇ ਜੀ ਤੁਹਾਨੂੰ। ਆਹ ਸੀਟ ਕਵਰ ਦੇਖੋ ਜੀ, ਆਹ ਪੋਕਟ ਵਾਲਾ ਸੀਟ ਕਵਰ ਹੈ, ਫੁੱਲ ਗਰੰਟੀ ਵਿੱਚ ਰੈਕਸ਼ਨ ਦਾ ਜੀ, ਅਤੇ ਬਹੁਤ ਵਧੀਆ ਚੀਜ਼ ਹੈ ਜੀ, ਠੀਕ ਹੈ ਜੀ, ਕਿਸੇ ਵੀ ਟਰੈਕਟਰ ਦਾ ਤੁਸੀਂ ਲੈ ਸਕਦੇ ਹੋ ਜੀ। ਉਸ ਤੋਂ ਬਾਅਦ ਆਹ ਦੇਖੋ ਜੀ ਸਟੇਅਰਿੰਗ ਹੋ ਗਏ ਜੀ ਆਪਣੇ, ਇਹ ਆਪਣੇ ਸੋਨਾਲੀਕਾ ਦਾ ਹੋ ਗਿਆ ਜੀ, ਹੋਲੈਂਡ ਦਾ ਹੋ ਗਿਆ ਜੀ, ਠੀਕ ਹੈ ਜੀ। ਉਸ ਤੋਂ ਬਾਅਦ ਆਪਣੇ ਕੋਲ ਮੋਟੀ ਚੈਨ ਵਾਲਾ ਸਟੇਅਰਿੰਗ ਹੈ ਜੀ, ਇਹ ਦੇਖੋ ਜੀ ਤੁਸੀਂ, ਇਹਦੇ ਵਿੱਚ ਇੱਕ ਪਤਲੀ ਚੈਨ ਵੀ ਆਉਂਦੀ ਆ, ਇਹ ਮੋਟੀ ਚੈਨ ਵਾਲਾ ਹੈ ਜੀ, ਇਹ ਦੇਖੋ ਜੀ ਕਿੰਨੀ ਮੋਟੀ, ਲਗਭਗ ਵੇਟ ਵੀ 4 kg ਤੋਂ ਪਲੱਸ ਮਿਲੂਗਾ ਜੀ ਤੁਹਾਨੂੰ, ਠੀਕ ਹੈ ਜੀ। ਏਸ਼ੀਅਨ ਦੀਆਂ ਲਾਈਟਾਂ ਹਰ ਤਰੀਕੇ ਦੀਆਂ ਜੀ, ਸਾਰੀ ਅਸੈਸਰੀ ਲਗਭਗ ਆਪਣੇ ਕੋਲ ਮਿਲ ਜੂਗੀ ਜੀ, ਤੁਸੀਂ ਟਰੈਕਟਰ ਨੂੰ ਪੂਰੀ ਤਰ੍ਹਾਂ ਤਿਆਰ ਕਰ ਸਕਦੇ ਹੋ। ਆਹ ਦੇਖੋ ਜੀ ਇਹ ਆਪਣੀ ਪੁਲਿਸ ਲਾਈਟ ਹੋ ਗਈ ਜੀ, ਇਹ ਛੋਟੀਆਂ ਲਾਈਟਾਂ ਹੋ ਗਈਆਂ ਜੀ, ਟੂਲ ਬੋਕਸ ਹੋ ਗਏ, ਆਪਣੇ ਚਾਰਜਿੰਗ ਬੋਕਸ ਹੋ ਗਏ ਜੀ, ਠੀਕ ਹੈ ਜੀ। ਇਹ ਆਪਣੇ ਸਟੇਅਰਿੰਗ ਨੋਬ ਹੋ ਗਏ ਜੀ, ਆਪਣੇ ਸਟੇਅਰਿੰਗ ਦੇ ਉੱਪਰ ਲੱਗ ਜੇ ਘੁਮਾਉਣ ਵਾਲੇ। ਇਹ ਆਪਣੇ ਹੋਰਨ ਹੋ ਗਏ ਜੀ, ਜਿਹੜੇ ਆਪਣੇ ਟ੍ਰੇਨ ਹੋਰਨ ਕਹਿੰਦੇ ਆ ਜਿਹਨੂੰ, ਠੀਕ ਹੈ ਜੀ। ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਅਸੈਸਰੀ ਤੁਹਾਨੂੰ ਮਿਲ ਜਾਏਗੀ, ਸਿੰਪਲ ਬੋਕਸ ਵਾਲੇ ਬੰਫਰ ਮਿਲ ਜਾਣਗੇ ਜੀ ਆਪਣੇ ਕੋਲ, ਠੀਕ ਹੈ ਜੀ। ਸਾਰੇ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਵੀ ਇੰਡੀਕੇਟਰ ਦੀਆਂ ਜਾਲੀਆਂ ਹੋ ਗਈਆਂ, ਸੈਂਟਰ ਦੀਆਂ ਸਪੋਰਟਾਂ ਡੰਡੇ ਹੋ ਗਏ ਜੀ, ਕਿਸੇ ਤਰ੍ਹਾਂ ਦੀ ਵੀ ਅਸੈਸਰੀ, ਬੈਟਰੀ ਬੋਕਸ ਹੋ ਗਏ ਜੀ, ਹਰ ਇੱਕ ਚੀਜ਼ ਆਪਾਂ ਨੂੰ ਇੱਥੇ ਅਵੇਲੇਬਲ ਮਿਲੂਗੀ ਜੀ।